ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਦੇਖ ਰਹੇ ਹੋ ਅੱਜ ਦੀ ਆਵਾਜ਼, ਮੈਂ ਤੁਹਾਡਾ ਲਖਵਿੰਦਰ ਜਾਗਵਾਲ। ਇੱਕ ਕਿਸਾਨ ਉੱਤੇ ਪਰਚਾ ਦਰਜ ਕੀਤਾ ਗਿਆ ਥਾਣਾ ਕਾਨੂੰਨ ਵਿੱਚ। ਕਿਸਾਨ ਦਾ ਕਹਿਣ ਦਾ ਮਤਲਬ ਕਿ ਮੇਰੀ ਜ਼ਮੀਨ ਅਤੇ ਮੇਰੇ ਉੱਤੇ ਹੀ ਪਰਚਾ, ਅਤੇ ਮੇਰਾ ਮਾਂ ਪਿਓ 90 ਸਾਲ ਦੇ ਕਰੀਬ, ਉਹਨਾਂ ਉੱਤੇ ਵੀ ਪਰਚਾ ਕਰ ਦਿੱਤਾ ਗਿਆ। ਸੁਣਦੇ ਹਾਂ ਕਿਸਾਨ ਦੀ ਜ਼ਬਾਨੀ ਕੀ ਕਹਿੰਦੇ ਨੇ ਹਰਬੰਸ ਸਿੰਘ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦਾਸ ਹਰਬੰਸ ਸਿੰਘ, ਕੋਟ ਕੋਟਰਮਲ। ਕੀ ਮਸਲਾ ਤੁਹਾਡਾ? ਮਸਲਾ ਬੇਨਤੀ ਸਰ ਇਹ ਆ ਵੀ ਅਸੀਂ ਪੈਲੀ ਲਈ ਸੀਗੀ 24 ਕਨਾਲ ਅਤੇ 8 ਮਰਲੇ ਗੋਦਪੁਰ ਦੇ ਵਿੱਚ। ਸਾਡਾ ਰਕਬਾ ਜਿਹੜਾ ਉਹ ਹਾਈਵੇ ਦੇ ਵਿੱਚ ਆਇਆ, ਅਤੇ ਮਾਤਾ ਦੇ ਨਾਂ ਹੀ ਰਕਬਾ ਸੀ, ਅਤੇ ਮਾਤਾ ਦੇ ਨਾਂ ਹੀ ਰਜਿਸਟਰੀ ਹੋਈ ਆ। ਹੁਣ ਵੇਖੋ, ਇੱਕ ਸਾਲ ਹੋ ਗਿਆ ਰਜਿਸਟਰੀ ਹੋਈ ਨੂੰ, ਸਾਰੇ ਕਾਗਜ਼ ਪੱਤਰ ਪੂਰੇ ਆ, ਅਤੇ ਸਾਨੂੰ ਇਹ ਪ੍ਰਸ਼ਾਸਨ ਵੀ ਗੁੰਮਰਾਹ ਕਰ ਰਿਹਾ ਅਤੇ ਉਹ ਪਾਰਟੀ ਵੀ ਗੁੰਮਰਾਹ ਕਰ ਰਹੀ, ਸਾਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਹੁਣ ਜ਼ਮੀਨ ਦੇ ਪੈਸੇ ਵੀ ਤਾਰੇ ਆ, ਇੱਕ ਸਾਲ ਤੋਂ ਹੀ ਉਤਰਾ ਜ਼ਮੀਨ ਸਾਡੀ ਜਿਹੜੀ ਪਈ ਆ। ਕਾਰਨ ਕੀ ਸਮਝਦੇ ਹੋ, ਕਿਉਂ ਨਹੀਂ ਬਹੁਤ ਦਿੰਦੇ ਪਹਿਲੇ? ਕਾਰਨ ਸਾਡੇ ਨਾਲ ਪਤਾ ਨਹੀਂ, ਉਹ ਅਸੀਂ ਸਾਰੀਆਂ ਪਿੰਡਾਂ ਦੀਆਂ ਪੰਚਾਇਤਾਂ ਲੈ ਕੇ ਉਹਦੇ ਨਾਲ ਰਾਜ਼ੀਨਾਮਾ ਵੀ 2-3 ਵਾਰੀ ਕੀਤਾ, ਪਰ ਉਹ ਕਿਸੇ ਗੱਲ 'ਤੇ ਜਿਹੜਾ ਸਾਨੂੰ ਆਉਣ ਨਹੀਂ ਦਿੰਦਾ। ਜੇ ਅਸੀਂ ਨਿਸ਼ਾਨਦੇਹੀ ਦੀ ਐਪਲੀਕੇਸ਼ਨ ਦੇ ਕੇ ਜਾਂਦੇ ਹਾਂ, ਉਹ ਆਣ ਕੇ ਰੱਦ ਕਰ ਜਾਂਦਾ ਵੀ ਰੱਟੇ ਵਾਲੀ ਜ਼ਮੀਨ ਆ। ਰੱਟਾ ਉਹਦੇ 'ਚ ਕੋਈ ਨਹੀਂ, 3 ਭਾਈਆਂ ਦੀ ਜ਼ਮੀਨ ਆ, 2 ਦੀ ਆਪਾਂ ਲਈ ਖਰੀਦੀ ਆ, ਮਾਤਾ ਜੀ ਦੇ ਨਾਲ ਰਜਿਸਟਰੀ ਆ। ਵੇਖੋ, ਪ੍ਰਸ਼ਾਸਨ ਨੇ ਸਾਡੀ ਲਿੱਤੀ ਹੋਈ ਜ਼ਮੀਨ ਦੇ ਉੱਤੇ ਸਾਡੇ ਉੱਤੇ ਵਿਰੋਧ ਪਰਚਾ ਕਰ ਦਿੱਤਾ ਸੱਤਾਂ ਜੀਆਂ 'ਤੇ। ਸਾਡੀ ਮਾਤਾ ਜੀ ਵੀ ਵਿੱਚ ਵਾ, ਸਾਡੇ ਬਜ਼ੁਰਗ ਵੀ ਆ, ਮੈਂ ਵੀ ਹਾਂ, ਸਾਡੇ ਬੱਚੇ ਵੀ ਆ, 1-2 ਹੋਰ ਵੀ ਪਰਸਨ ਇਹਨਾਂ ਨੇ ਪਾਏ ਆ। ਵੇਖੋ, ਜ਼ਮੀਨ ਅਸੀਂ ਪੈਸੇ ਦੇ ਕੇ ਖਰੀਦੀ ਹੋਈ ਆ, ਕੋਈ ਕਬਜ਼ੇ ਵਾਲੀ ਨਹੀਂ, ਕੋਈ ਰੱਟੇ ਵਾਲੀ। ਜ਼ਮੀਨ ਤੁਹਾਡੇ ਨਾਮ? ਸਾਡੇ ਨਾਮ, ਮਾਤਾ ਜੀ। ਅਤੇ ਪਰਚਾ ਕਿਉਂ ਤੁਹਾਡੇ 'ਤੇ ਕੀਤਾ, ਕਿਹੜੀ ਗੱਲ 'ਤੇ ਕੀਤਾ? ਇਹ ਪ੍ਰਸ਼ਾਸਨ ਨੂੰ ਪੁੱਛਣ ਲਈ ਇਸੇ ਕਰਕੇ ਬੇਨਤੀ ਕਰ ਰਹੇ ਹਾਂ। ਆਹ ਵੇਖੋ ਨਕਸ਼ਾ ਆ, ਆਹ ਫਰਜ਼ ਹਕੀਕਤ ਸਾਡੇ ਨਾਂ ਜਿਹੜੀ ਬੋਲ ਰਹੀ ਆ, ਮਾਤਾ ਜੀ ਦੇ ਨਾਂ, ਆਹ ਸਾਡੀਆਂ ਰਜਿਸਟਰੀਆਂ। ਜੇ ਤਾਂ ਇਹਦੇ 'ਚ ਕੋਈ 420 ਵਾਲਾ ਕੰਮ ਹੋਏ ਤਾਂ ਫਿਰ ਅਸੀਂ ਦੇਵਦਾਰ ਹਾਂ। ਇਹ ਲਗਾਤਾਰ ਪ੍ਰਸ਼ਾਸਨ ਜਿਹੜਾ ਸਾਨੂੰ 5-6 ਮਹੀਨੇ ਤੋਂ ਗੁੰਮਰਾਹ ਕਰ ਰਿਹਾ। ਦੂਜੀ ਜਿਹੜੀ ਪਾਰਟੀ ਉਹ ਤੁਹਾਡੇ ਕੋਈ ਆਪਣੇ ਬ੍ਰਦਰ ਨੇ, ਕੌਣ ਨੇ ਉਹ? ਨਹੀਂ ਜੀ, ਉਹ ਦੂਸਰੇ ਪਿੰਡ ਦੇ, ਉਹ ਸਲਾਹਪੁਰ ਦੇ। ਅੱਛਾ, ਦੂਸਰੇ ਪਿੰਡ ਦੇ। ਅੱਛਾ, ਹਾਂਜੀ। ਦੋ ਜ਼ਮੀਨ ਤੁਹਾਡੀ ਸਾਂਝੀ ਆ ਕੋਈ? ਹੁਣ ਜ਼ਮੀਨ ਉਹਨਾਂ ਨਾਲ ਕੋਈ ਸਾਂਝੀ ਨਹੀਂ, ਜਿਹੜੀ ਖਰੀਦੀ ਹੋਈ ਜ਼ਮੀਨ ਹੈ ਨਾ। ਹਾਂਜੀ, ਤੁਸੀਂ ਇਹ ਕਹਿਣਾ ਚਾਹੁੰਦੇ ਹੋ ਕਿ ਤੁਹਾਡੀ ਜ਼ਮੀਨ ਆ ਤੁਹਾਡੇ ਨਾਂ ਤੇ, ਤੁਹਾਡੇ ਉੱਤੇ ਹੀ ਉਹਦੇ ਤਾਂ ਪਰਚਾ ਹੋਇਆ? ਅਸੀਂ, ਲੇਕਿਨ ਉਹਦੇ ਵਿੱਚ ਪੁਲਿਸ ਪਾਰਟੀ ਦਾ ਵੀ ਦਖਲਦਾਰੀ ਰਹੀ? ਅਸੀਂ ਇਹੀ ਪ੍ਰਸ਼ਾਸਨ ਕੋਲ ਘਾਰ ਲਾਉਂਦੇ ਹਾਂ ਵੀ ਸਾਨੂੰ ਇਨਸਾਫ਼ ਦਵਾਇਆ ਜਾਏ। 1 ਸਾਲ ਤੋਂ ਸਾਨੂੰ ਕੋਈ ਇਨਸਾਫ਼ ਨਹੀਂ ਮਿਲ ਰਿਹਾ। ਜੇ ਅਸੀਂ ਕੱਲ੍ਹ ਸਾਡਾ ਪੱਠੇ ਡੰਗਰਾਂ ਵਾਸਤੇ ਚਾਰਾ ਬੀਜਿਆ ਹੋਇਆ ਸੀ ਬਾਜਰਾ ਅਤੇ ਵਿੱਚ ਉਹਦੇ ਸਮਾਨ ਪਾ ਕੇ, ਉਹ ਪਰਸੋਂ ਮਨੇਰੇ ਸਾਡਾ ਜਿਹੜਾ ਸਫਤੇ ਉਹਨਾਂ ਨੇ ਜਾ ਕੇ ਬੰਦੇ 15-20 ਲਿਆ ਕੇ ਦਵਾ ਦਿੱਤਾ। ਤੁਹਾਡਾ ਇਹ ਮਸਲਾ ਪੁਲਿਸ ਪ੍ਰਸ਼ਾਸਨ ਤੋਂ ਗਿਆ? ਪ੍ਰਸ਼ਾਸਨ ਨੇ ਤੁਹਾਡੇ ਨਾਲ ਕੀ? ਪੁਲਿਸ ਪ੍ਰਸ਼ਾਸਨ ਕੋਲ ਹੀ ਸਵੇਰੇ ਆਣ ਕੇ ਐਪਲੀਕੇਸ਼ਨ ਦਾਇਰ ਕੀਤੀ ਆ ਵੀ ਸਾਡਾ ਜੀ ਉਹਨਾਂ ਨੇ ਪੱਠਾ ਵਾਧਤਾ ਸਾਡੀ ਜ਼ਮੀਨ 'ਚੋਂ। ਉਹਨਾਂ ਨੇ ਸਾਡੀ ਸੁਣਨ ਦੀ ਬਜਾਏ ਜਿਹੜਾ SHO ਨੇ ਮੇਰੇ ਨਾਲ ਧੱਕਾ ਮੁੱਕੀ ਤੱਕ ਗਿਆ। ਜੇ ਮੈਂ ਉਹਨੂੰ ਕਿਹਾ ਹੁੰਦਾ ਤੁਹਾਡਾ ਸਟੇਅ ਲਿਆਓ, SHO ਸਾਹਿਬ ਕਹਿੰਦੇ ਸਟੇਅ ਲਿਆਓ, ਮੈਂ ਜੇ ਤਾਂ ਸਟੇਅ ਜਨਾਬ ਸਾਂਝੇ ਖਾਤੇ ਦਾ ਹੋ ਜਾਂਦਾ, ਅਤੇ ਜੇ ਤੁਸੀਂ ਲਾ ਕੇ ਸਾਡੇ 'ਤੇ ਪਰਚਾ ਕੀਤਾ ਤਾਂ ਅਸੀਂ ਵੀ ਦੇ ਦਿੰਦੇ। ਸਾਂਝੇ ਖਾਤੇ ਦਾ ਇੱਕ ਬੇਨਤੀ ਆ ਵੀ ਕੋਈ ਸਟੇਅ ਨਹੀਂ ਗਾ ਮਿਲਦਾ। ਫਿਰ ਉਹਨਾਂ ਨੇ ਇੱਥੋਂ ਤੱਕ ਕਿਹਾ ਵੀ ਜਾਓ ਜਾ ਕੇ ਮਾਲ ਮਹਿਕਮੇ ਨੂੰ ਪੁੱਛੋ, ਅਤੇ ਫਿਰ ਮੈਂ ਉਹਨਾਂ ਨੂੰ ਇਹ ਸਵਾਲ ਕੀਤਾ ਵੀ ਦੱਸੋ ਵੀ ਜੇ ਮਾਲ ਮਹਿਕਮੇ ਨੇ ਕਰਨਾ ਤਾਂ ਤੁਸੀਂ ਸਾਡੇ 'ਤੇ ਪਰਚਾ ਕਿਉਂ ਕੀਤਾ? ਅਸੀਂ ਇਹੀ ਪ੍ਰਸ਼ਾਸਨ ਕੋਲ ਮੰਗ ਕਰਦੇ ਹਾਂ ਵੀ ਸਾਨੂੰ ਇਨਸਾਫ਼ ਦਵਾਇਆ ਜਾਏ,
ਸੜਨਾ ਸਰਾਸਰ ਧੱਕਾ ਹੋ ਰਿਹਾ। 6 ਮਹੀਨੇ ਤੋਂ ਲਗਾਤਾਰ ਸਾਰੀਆਂ ਪੰਚਾਇਤਾਂ ਭੁਗ ਚੁੱਕੀਆਂ। ਉਹ ਪੰਚਾਇਤਾਂ ਦੇ ਜਾਣ ਦੇ ਬਾਵਜੂਦ ਵੀ ਪਰਚਾ ਸਾਡੇ 'ਤੇ ਪ੍ਰਸ਼ਾਸਨ ਨੇ ਕੀਤਾ। ਅਸੀਂ ਇਹੀ ਮੰਗ 447 ਦਾ ਪਰਚਾ, ਤੁਹਾਨੂੰ ਐੱਫ ਆਰ ਆਈ ਦੀ ਕਾਪੀ ਵੀ ਦੇ ਦਿੰਦੇ ਹਾਂ, ਬਾਕੀ ਸਾਡੇ 'ਤੇ ਅਖਬਾਰਾਂ 'ਤੇ ਵੀ ਇਹਨਾਂ ਨੇ ਬਿਆਨ ਪਾਏ। ਇੱਕ ਬਜ਼ੁਰਗ ਮਾਤਾ ਵੇਖੋ, 85-90 ਸਾਲ ਦੇ ਬਜ਼ੁਰਗ ਆ ਸਾਡੇ, 85-90 ਸਾਲ ਦੀ ਸਾਡੀ ਮਾਤਾ ਆ, ਇਹਨਾਂ ਨੂੰ ਵੇਖੋ ਪਰਚਿਆਂ ਦੇ ਵਿੱਚ ਰੱਖਿਆ ਹੈ, ਪ੍ਰਸ਼ਾਸਨ ਦਾ ਬਣਾ ਤੱਕ। ਇਹਨਾਂ ਇਹ ਥਾਣੇ ਆਏ ਸੀ ਤੁਹਾਡੇ ਨਾਲ? ਨਹੀਂ, ਕੋਈ ਥਾਣੇ ਨਹੀਂ, ਫੇਰ ਕਿਤਾ ਪਰਚਾ ਦੇ ਦਿੱਤਾ? ਕਿਤੇ ਗਏ ਨਹੀਂ ਇਹ, ਇਹ ਅੱਜ ਮੈਂ ਲੈ ਕੇ ਆਇਆ, ਸਿਰਫ ਆਪਣੀ ਜਿਹੜੀ ਫਰਿਆਦ ਲੈ ਕੇ ਹਾਜ਼ਰ ਹੋਏ ਹਾਂ ਵੀ ਸਾਡੇ ਸੁਣਵਾਈ ਕੀਤੀ ਜਾਏ, ਸਾਡੇ ਨਾਲ ਸਰਾਸਰ ਧੱਕਾ ਹੋ ਰਿਹਾ। ਇਹ ਧੱਕੇ ਦੀ ਜਿਹੜੀ ਵਾ ਮਤਲਬ ਬਹੁਤ ਹੀ ਸਾਡੇ ਨਾਲ ਘਿਨਾਉਣੀਆਂ ਹਰਕਤਾਂ। ਐਸ ਐਸ ਪੀ ਗੁਰਦਾਸਪੁਰ ਤੋਂ ਕੀ ਬੇਨਤੀ ਕਰੋ? ਅਸੀਂ ਐਸ ਐਸ ਪੀ ਸਾਹਿਬ ਇਹੀ ਰਿਕੁਐਸਟ ਕਰਦੇ ਹਾਂ ਵੀ ਜਨਾਬ, ਇੱਕ ਤਾਂ ਅਸੀਂ ਜ਼ਮੀਨ ਖਰੀਦੀ ਹੋਈ ਆ, 1+ ਕਰੋੜ ਰੁਪਈਏ ਦਿੱਤੇ ਆ, ਦੂਸਰਾ ਸਾਡੇ 'ਤੇ ਪਰਚੇ ਹੋ ਰਹੇ ਆ, ਕਿਉਂ ਹੋ ਰਹੇ? ਅਸੀਂ ਇਹੋ ਪ੍ਰਸ਼ਾਸਨ ਤੋਂ ਉਮੀਦ ਕਰਦੇ ਹਾਂ ਵੀ ਸਾਨੂੰ ਇਨਸਾਫ ਦਵਾਇਆ ਜਾਏ, ਸਾਡਾ ਬਣਦਾ ਹੱਕ ਜਿਹੜਾ ਵਾ ਉਹ ਸਾਨੂੰ ਦਵਾਇਆ ਜਾਏ। ਇਹ ਤੋਂ ਆਦਾ ਸਾਡਾ ਕੋਈ ਵੀ, ਸਾਰੀਆਂ ਪੰਚਾਇਤਾਂ ਭੁਗ ਚੁੱਕੀਆਂ, ਰਾਜ਼ੀਨਾਮੇ ਕਈ ਵਾਰ ਹੋ ਚੁੱਕੇ, ਪਰ ਇਹਨਾਂ ਨੇ ਨਹੀਂ, ਜਦੋਂ ਅਸੀਂ ਫਸਲ ਬੀਜਦੇ ਵਾ ਦਿੰਦੇ। ਸਰ ਸਰ ਮੈਂ ਤੁਹਾਡੇ ਤੋਂ ਨਾ ਇੰਨਾ ਕੀ ਪੁੱਛਣਾ ਸੀ, ਇੱਕ ਨਾ ਕੱਲ ਕੋਈ ਮਸਲਾ ਸੀ ਕੋਟ ਟੋਡਰਮਲ ਦੇ ਲਾਗੇ ਜ਼ਮੀਨ ਦਾ, ਪੱਠੇ ਦੇ ਨਾਲ ਲਾਗੇ, ਤੇ ਉਹ ਕਹਿੰਦੇ ਸੀ ਕਿ ਹਾਂਜੀ ਹੈਲੋ ਹਾਂਜੀ ਹਾਂਜੀ ਸਰ ਇੰਤਕਾਲ ਵੀ ਸਾਡੇ ਨਾਂ ਤੇ ਚੜਿਆ ਹੋਇਆ, ਤੇ ਸਾਨੂੰ ਆਪਣੀ ਜ਼ਮੀਨ ਦੇ ਉੱਤੇ ਹੀ ਮਤਲਬ ਵਾਹੁਣ ਤੋਂ ਡੱਕਿਆ ਜਾ ਰਿਹਾ ਆ, ਤੇ ਉਹਦੇ ਸੰਬੰਧ ਵਿੱਚ ਉਹ ਕਹਿੰਦੇ ਵੀ ਸਾਡਾ ਪੁਲਿਸ ਪ੍ਰਸ਼ਾਸਨ ਤੋਂ ਵੀ ਮਸਲਾ ਗਿਆ, ਉਹ ਵੀ ਕੋਈ ਹੱਲ ਨੀ ਕਰ ਰਹੇ, ਉਹ ਕੀ ਮਸਲਾ? ਪਰਚਾ ਹੋਇਆ ਇਹਨਾਂ ਦੇ। ਅੱਛਾ ਜੀ। ਹਾਂ, ਇਹਨਾਂ ਨੂੰ ਮੈਂ ਕਿਹਾ ਤੁਸੀਂ ਇਨਕੁਆਇਰੀ ਲੈ ਲਓ। ਹਾਂਜੀ ਠੀਕ ਆ, ਉਹਦੇ ਵਿੱਚ ਟੈਸਟ ਕਰੋ ਇਨਕੁਆਇਰੀ। ਪਰਚਾ ਜਿਸ ਤਰ੍ਹਾਂ ਹੋਇਆ ਉਹਨਾਂ ਦੇ ਉੱਤੇ, ਜਿਹੜੀ ਉਹਨਾਂ ਦੀ ਆਪਣੀ ਜ਼ਮੀਨ ਵਾਲੀ ਜ਼ਮੀਨ ਵਾਹੁੰਦਾ, ਨਹੀਂ ਨਹੀਂ ਆਪਣੀ ਜ਼ਮੀਨ ਵਾਹੁੰਦਾ ਤੇ ਕਿਸੇ ਦੇ ਉੱਤੇ ਪਰਚਾ ਨਹੀਂ ਨਾ ਹੋ ਸਕਦਾ। ਜ਼ਮੀਨ ਜਿਹੜਾ ਬੰਦਾ ਪਹਿਲਾਂ ਜਿਹੜਾ ਕੰਪਲੇਂਟ ਕਰਦਾ ਨਾ, ਉਹ ਵਾਹੁੰਦਾ 40 ਸਾਲ ਤੋਂ। ਅੱਛਾ ਜੀ। ਉਹ 40 ਸਾਲ ਤੋਂ ਵਾਹ ਜਿਹੜਾ ਉਹਦਾ ਨਾਂ ਹਰਜਿੰਦਰ ਦਾ, ਠੀਕ ਆ। ਹਾਂਜੀ, ਜਿਹੜਾ ਉਹ 40 ਸਾਲ ਤੋਂ ਜ਼ਮੀਨ ਵਾਹ ਗਿਆ। ਹਾਂਜੀ। ਇਹਨਾਂ ਨੇ ਆਲੇ ਵਾਲੀ ਜ਼ਮੀਨ ਵਾਹ ਤੀ, ਇਹ ਕਮਾਦ ਲਾਇਆ ਸੀ। ਠੀਕ ਹੈ। ਇਹਨੂੰ ਫਿਰ ਤੋਂ ਫਿਰ ਗੱਲ ਗਲਤ ਹੈ। ਠੀਕ, ਉਹਨੇ ਇਹ ਆ ਵੀ ਵਾਹ ਠੀਕ ਰਿਹਾ ਸੀ ਕਿਉਂਕਿ ਉਹਨਾਂ ਦੀ ਸਾਂਝੀ ਜ਼ਮੀਨ ਸੀ ਉਹਦੇ ਭਰਾਵਾਂ ਦੀ, ਉਹਦੇ ਭਰਾ ਦੇ ਨਿਆਣੇ ਨੇ ਅੱਗੇ ਜ਼ਮੀਨ ਵੇਚ ਦਿੱਤੀ, ਹੁਣ ਉਹਦਾ ਮਾਲਕ ਨਹੀਂ ਰਿਹਾ। ਇਹ ਗੱਲ ਤਾਂ ਹੁੰਦੀ, ਇਹ ਗੱਲ ਦੇ ਬਹਿ ਕੇ ਦੋਵੇਂ ਆਪਸ ਬਹਿ ਜਾਓ, ਤੁਹਾਡੀ ਸਹਿਮਤੀ ਹੈਗੀ ਤਾਂ ਠੀਕ ਹੈ। ਜਿਹੜਾ ਬੰਦਾ 40 ਸਾਲ ਤੋਂ ਵਾਹ ਦਿਆ ਵਾ, ਠੀਕ ਹੈ ਨਾ, ਤੇ ਇਹ ਬੰਦਾ ਕਿੱਦਾਂ ਵਾਲੂਗਾ? ਜਾ ਕੇ ਤੁਸੀਂ ਆਪਸ ਬਹਿ ਜਾਂਦੇ ਪਹਿਲਾਂ ਕਿਸੇ ਨਾਲ, ਦੋਵੇਂ ਆਪਸ ਚ ਬਹਿ ਕੇ ਕੰਪਰੋਮਾਈਜ਼ ਕਰ ਲਓ, ਇੱਕ ਦੂਜੇ ਨੂੰ ਗੱਲ ਦੱਸ ਦੋ। ਪਹਿਲਾਂ ਅਸੀਂ ਬਾਜਰਾ ਬੀਜਿਆ ਸੀਗਾ ਤੇ ਦੂਸਰੀ ਪਾਰਟੀ ਨੇ ਬਾਜਰਾ ਵਾਹਤਾ, ਸਾਡਾ ਪੱਠੇ ਵਾਹਤੇ ਆ, ਔਰ ਦੁਬਾਰਾ ਉਹਨਾਂ ਨੇ ਆਪਣਾ ਕਮਾਲ ਲਾਇਆ ਸੀ, ਮੁਕਤ ਗਿਆ ਸੀ, ਕਮਾਲ ਲਾਇਆ ਇਹਨਾਂ ਨੇ, ਠੀਕ ਹੈ ਸਰ, ਧੰਨਵਾਦ। ਓਕੇ ਭਾਈ, ਓਕੇ।